ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਢੜੂ ਤੁਹਾਡਾ ਸਵਾਗਤ ਕਰਦਾ ਪੰਜਾਬ ਦੀਆਂ ਤਾਜ਼ਾ ਤਰਿਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਨ ਤੁਹਾਨੂੰ ਹਮੇਸ਼ਾਰ ਮਿਲਦਾ ਰਹੇ ਕੇਜਰੀਵਾਲ ਨੇ ਕਿਹਾ ਪੰਜਾਬ ਚ ਇਕੱਲੇ ਹੀ ਲੜਾਂਗੇ ਲੋਕ ਸਭਾ ਚੋਣਾਂ ਸੀਟਾਂ ਦਾ ਐਲਾਨ ਵੀ ਕੀਤੀ ਹੋਵੇਗਾ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਖੰਨਾ ਚ ਆਯੋਜਿਤ ਮਹਾਰੈਲੀ ਚ ਪਹੁੰਚੇ ਸਨ ਇੱਥੇ ਉਹਨਾਂ ਨੇ ਘਰ ਘਰ ਰਾਸ਼ਨ ਸਕੀਮ ਸ਼ੁਰੂ ਕੀਤੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ ਉਹਨਾਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪ ਪੰਜਾਬ ਚ ਇਕੱਲੇ ਹੀ ਚੋਣ ਲੜੇਗੀ ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ ਇੱਕ ਸੀਟ ਹੈ ਆਉਣ ਵਾਲੇ 14-15 ਦਿਨਾਂ ਵਿੱਚ 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀ ਕਰ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ ਉਪਰੋ ਰਾਸ਼ਨ ਆਇਆ ਪਰ ਲੋਕਾਂ ਤੱਕ ਨਹੀਂ ਪਹੁੰਚਿਆ। ਮੰਤਰੀਆਂ, ਨੇਤਾਵਾਂ, ਸਰਕਾਰੀ ਅਫਸਰਾਂ ਨੇ ਇਹ ਰਾਸ਼ਨ ਖਾਦਾ ਅਜਿਹਾ ਨਹੀਂ ਸੀ ਕਿ ਇਸ ਚੋਰੀ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਇਹ ਇਰਾਦਾ ਨਹੀਂ ਸੀ। ਹੁਣ ਇਮਾਨਦਾਰ ਸਰਕਾਰ ਆਈ ਹੈ। ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ ਇਸ ਵਿਚਾਰੀ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਭਾਜਪਾ ਵਿਚਾਲੇ ਮੋੜ ਗੱਠ ਜੋੜ ਦੀਆਂ ਚਰਚਾਵਾਂ ਜੂਰਾਂ ਤੇ ਹਨ ਇਸ ਦੇ ਚੱਲਦੇ ਕੇਂਦਰੀ ਮੰਤਰੀ ਅ ਅਮਿਤ ਸ਼ਾਹ ਨੇ ਗੱਠ ਜੋੜ ਨੂੰ ਲੈ ਕੇ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਨਾਲ ਗੱਠ ਜੋੜ ਲਈ ਗੱਲਬਾਤ ਚੱਲ ਰਹੀ ਹੈ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਸੰਬੰਧੀ ਸਵਾਲ ਦਾ ਜਵਾਬ ਦਿੰਦਿਆਂ ਅਮਿਸ਼ਾਹ ਨੇ ਕਿਹਾ ਕਿ ਅਜੇ ਕੁਝ ਦਾਨੀ ਹੋਇਆ ਪਰ ਗੱਲਬਾਤ ਜਾਰੀ ਹੈ ਜੰਤ ਚੌਧਰੀ ਦੇਗਵਾਈ ਵਾਲੇ ਰਾਸ਼ਟਰੀ ਲੋਕਦਲ ਸ਼੍ਰੋਮਣੀ ਕਾਲੀ ਦਲ ਅਤੇ ਕੁਝ ਲੋਕ ਖੇਤਰੀ ਦਲਾਂ ਦੇ ਰਾਜ ਮਾਰਗ ਚ ਰਾਜ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਤੇ ਗ੍ਰਹਿ ਮੰਤਰੀ ਨੇ ਸੱਤਾਧਾਰੀ ਗੱਠਜੋੜ ਚ ਹੋਰ ਦਲਾਂ ਦੇ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਅਗਲੀ ਖਬਰ ਪੰਜਾਬ ਚ ਨਵੇਂ ਟ੍ਰੈਫਿਕ ਨਿਯਮ ਲਾਗੂ ਕਾਰ ਚਲਾਉਣ ਵਾਲੇ ਜਰਾ ਧਿਆਨ ਨਾਲ ਪੜ੍ਹਨਾ ਪੰਜਾਬ ਵਿੱਚ ਹੁਣ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਐ ਜਿਨ੍ਹਾਂ ਦੀ ਪਾਲਣਾ ਸਖਤੀ ਨਾਲ ਕਰਨ ਦੇ ਸਾਰੇ ਜ਼ਿਲ੍ਹਿਆਂ ਨੂੰ ਹੁਕਮ ਦਿੱਤੇ ਗਏ ਐ ਟ੍ਰੈਫਿਕ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਕਾਰ ਦੀ ਪਿਛਲੀ ਸੀਟ ਤੇ ਬੈਠਣ ਵਾਲੇ ਨੂੰ ਵੀ ਸੀਟ ਬੈਲਟ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਐ ਇਸ ਸੰਬੰਧੀ ADGP ਟ੍ਰੈਫਿਕ ਵੱਲੋਂ ਸਾਰੇ SSP ਤੇ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਸਾਰੇ ਨਵੇਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ ਦਰਅਸਲ ਇਹ ਹੁਣ ਦਾ ਨਿਯਮ ਨਹੀਂ ਹੈ ਕਾਰ ਦੀ ਪਿਛਲੀ ਸੀਟ ਤੇ ਬੈਠਣ ਵਾਲੇ ਸੀਟ ਵੈਲਟ ਲਗਾਉਂਦਾ ਹੀ ਨਹੀਂ 2019 ਵਿੱਚ ਪੰਜਾਬ ਵਿੱਚ ਆਇਆ ਸੀ ਜਿਸ ਨੂੰ ਲਾਗੂ ਹੁਣ ਕੀਤਾ ਜਾ ਰਿਹਾ ਹੈ ਹੁਕਮ ਵਿੱਚ ਕਿਹਾ ਗਿਆ ਹੈ ਕਿ ਐਸਐਸਪੀ ਸੀਪੀ ਆਪਣੇ ਅਧੀਨ ਆਉਂਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਾਂ ਚੌਂਕੇ ਚਾਰਾਂ ਨੂੰ ਸਪਸ਼ਟ ਕਰ ਦੇਣ ਕਿ ਉਹ ਵਾਹਨ ਚਾਲਕਾਂ ਨੂੰ ਦੱਸਣ ਕਿ ਉਹ ਜਦੋਂ ਵੀ ਵਾਹਨ ਚਲਾਉਣ ਸੀਟ ਬੈਲਟ ਪਾ ਕੇ ਗੱਡੀ ਚਲਾਉਣ ਅਤੇ ਕਾਰ ਦੇ ਪਿੱਛੇ ਬੈਠੇ ਲੋਕਾਂ ਨੂੰ ਵੀ ਆਪਣੀ ਸੀਟ ਬੈਲਟ ਲਗਾਉਣੀ ਪਵੇਗੀ ਅਗਲੀ ਗਾਵਰ 16 ਫਰਵਰੀ ਦੇ ਭਾਰਤ ਬੰਦ ਚ ਅਧਿਆਪਕ ਜਥੇਬੰਦੀਆਂ ਵੀ ਹੋਣਗੀਆਂ ਸ਼ਾਮਲ ਭਾਰਤ ਭਰ ਦੀਆਂ ਟ੍ਰੇਡ ਯੂਨੀਅਨਾਂ ਜਮਹੂਰੀ ਜਥੇਬੰਦੀਆਂ ਸਹਿਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਵੱਲੋਂ ਭਰਵਾ ਸਹਿਯੋਗ ਦਿੱਤਾ ਜਾਵੇਗਾ ਉਕਤ ਪ੍ਰਗਟਾਵਾ ਕਰਦੇ ਹਨ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਦਿਗਵੇਜੇ ਪਾਲ ਸ਼ਰਮਾ ਸੇਤ ਟਾਪਰਟ ਤੇ ਹੋਰ ਜਨਤ ਖੇਤਰ ਦੇ ਅਧਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ ਕਰਦੇ ਹਨ ਵਿਭਾਗਾਂ 'ਚ ਠੇਕਾ ਪ੍ਰਣਾਲੀ ਤੇ ਆਊਟਸੋਰਸਿੰਗ ਨੂੰ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਜਾ ਰਿਹਾ ਹੈ ਕਿਰਤ ਕਾਨੂੰਨਾਂ 'ਚ ਸੋਧ ਕਰਕੇ ਮਜ਼ਦੂਰ ਵਰਗ ਦੇ ਜਥੇ ਬੰਦ ਹੋਣ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਨ ਦੇ ਹੱਕ ਖੋ ਕੇ ਕੰਮ ਦੇ ਘੰਟੇ ਵਧਾ ਦਿੱਤੇ ਗਏ ਹਨ ਅਗਲੀ ਖਬਰ ਹੁਣ ਪੰਜਾਬ 'ਚ ਘਰ-ਘਰ ਬੈਠੇ ਮਿਲਣਗੇ ਗੱਟ ਆਟਾ ਤੇ ਕਣਕ ਆਪ ਨੇ ਸ਼ੁਰੂ ਕੀਤੀ ਘਰ-ਘਰ ਰਾਸ਼ਨ ਯੋਜਨਾ ਆਪ ਆ ਆਮ ਆਦਮੀ ਸੁਪਰੀਮੋ ਅਰਬਿੰਦ ਕੇਜਰੀਵਾਲ ਨੇ ਮੋਕਮੰਤਰੀ ਭਗਵੰਤ ਮਾਨ ਸ਼੍ਰੀਫਤਗੜ ਸਾਹਿਬ ਦੇ ਹਮਲੂ ਸ਼ਹਿਰ ਦਿਨੇ ਪਿੰਡ ਸਨਾਲ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ ਉਹਨਾਂ ਪਿੰਡ ਸਲਾਨਾ ਤੋਂ ਰਾਸ਼ਨ ਵੰਡਣ ਦੀ ਸਕੀਮ ਸ਼ੁਰੂ ਕੀਤੀ ਮਾਨ ਤੇ ਕੇਜਰੀਵਾਲ ਬਾਬਾ ਮਾੜੂ ਦਾ ਸਟੇਡੀਅਮ ਸਲਾਨਾ ਵਿਖੇ ਉੱtre ਜਿੱਥੇ ਹੋ ਪਿੰਡ ਸਲਾਨਾ ਦੂਲਾ ਵਿੱਚ ਵਾਲਾਂ ਦੇ 14 ਘਰਾਂ ਦੇ ਵਿੱਚ ਮੁਫਤ ਰਾਸ਼ਨ ਵੰਡਣ ਲਈ ਗੱਡੀਆਂ ਦੇ ਕਾਫਲੇ ਵਿੱਚ ਰਵਾਨਾ ਹੋਈ ਅਤੇ ਉਹਨਾਂ ਲੋਕਾਂ ਦੇ ਘਰ-ਘਰ ਪੁੱਜ ਕੇ ਰਾਸ਼ਨ ਦਿੱਤਾ ਜਿਸ ਵਿੱਚ ਪ੍ਰਤੀ ਮੈਂਬਰ 5 ਕਿਲੋ ਆਟਾ ਸ਼ਾਮਲ ਹੈ ਇਸ ਸਕੀਮ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਇਸ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਅਮਲੋ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਹਾਜ਼ਰ ਸਨ ਰਾਸ਼ਨ ਵੰਡਣ ਤੋਂ ਬਾਅਦ ਉਹ ਅਰਗਨ ਕੇਜਰੀਵਾਲ ਦੇ ਨਾਲ ਮੋਕਮਾ ਤੇ ਭਗਵੰਤਮਾਨ ਖੰਨਾ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ ਕੇਜਰੀਵਰ ਨੂੰ ਆਧੁਤੀ ਚੱਕੀ ਭੇਟ ਕੀਤੀ ਗਈ ਤੇ ਸਰਕਾਰ ਵੱਲੋਂ 24 ਲੱਖ 49 ਹਜ਼ਾਰ ਲੋਕਾਂ ਤੱਕ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦਾ ਉਦਘਾਟਨ ਕੀਤਾ ਗਿਆ। ਅਗਲੀ ਖਬਰ ਐਸਟੀਐਫ ਦੀ ਵੱਡੀ ਕਾਰਵਾਈ ਬਰਖਾਸਤ ਏਆਈਜੀ ਰਾਜੀਤ ਦੀ 20 ਕਰੋੜ ਦੀ ਜਾਇਦਾਦ ਹੋਵੇਗੀ ਘੁਰਪਾ ਨਸ਼ਾ ਤਸਕਰੀ ਤੇ ਮਾਮਲੇ ਦੇ ਵਿੱਚ ਭਗੌੜੇ ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜੀਤ ਸਿੰਘ ਹੁੰਦਲ ਖਿਲਾਫ ਸਪੈਸ਼ਲ ਟਾਸਕ ਫੋਰਸ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਐਸਟੀਐਫ ਨੇ ਮੋਲਜਮ ਰਾਜੀਤ ਸਿੰਘ ਦੀ 20 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੀ ਪਛਾਣ ਕੀਤੀ ਹੈ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਸਾਰੀ ਜਾਇਦਾਦ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ ਐਸਡੀਐਫ ਦੀ ਜਾਂਚ ਟੀਮ ਇਸ ਮਾਮਲੇ ਵਿੱਚ ਮੋਲਜਮਾਂ ਦੀ ਕੁਰਕ ਕੀਤੀ ਜਾਇਦਾਦ ਦੇ ਪੂਰੇ ਵੇਰਵੇ ਕੇਂਦਰੀ ਮੰਤਰਾਲੇ ਦੀ ਕਮੇਟੀ ਦੇ ਸਾਹਮਣੇ ਪੇਸ਼ ਕਰੇਗੀ ਹੁਣ ਤੱਕ ਮਿਲੀ ਜਾਣਕਾਰੀ ਨੂੰ ਸਾਰੇ ਖਾਤਸ਼ੇ ਪ੍ਰਗਟਾਇਆ ਜਾ ਰਿਹਾ ਹੈ ਕਿ ਦੋਸ਼ੀ ਵਿਦੇਸ਼ ਚ ਫਰਾਰ ਹੋ ਗਿਆ ਹੈ ਪੰਜਾਬ ਪੁਲਿਸ ਦੀ ਵਿਜੀਲੈਂਸ ਨੇ ਇਹ ਜਾਣਕਾਰੀ NIA ਨੂੰ ਦਿੱਤੀ ਹੈ ਅਤੇ ਮਦਦ ਵੀ ਮੰਗੀ ਹੈ। ਅਗਲੀ ਖਬਰ ਪੰਜਾਬ ਦੇ ਸਕੂਲਾਂ 'ਚ 24 ਤਰੀਕ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ। ਪੰਜਾਬ ਦੇ ਸਕੂਲਾਂ ਵਿੱਚ 24 ਤਰੀਕ ਦੀ ਛੁੱਟੀ ਦਾ ਐਲਾਨ ਕੀਤਾ ਗਿਆ। ਦਰਅਸਲ ਰਵੀਦਾ ਜਨਮ ਦਿਨ ਦੇ ਮੌਕੇ ਤੇ ਸਰਕਾਰੀ ਸਕੂਲਾਂ ਕਾਲਜ ਸਮੇਤ ਸਰਕਾਰੀ ادارے ਬੰਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨਿਆਂ 'ਚ ਠੰਡ ਅਤੇ ਤਿਉਹਾਰਾਂ ਕਾਰਨ ਕਈ ਛੁੱਟੀਆਂ ਆਈਆਂ ਸਨ ਪੰਜਾਬ ਦੇ ਸਕੂਲਾਂ ਵਿੱਚ ਫਰਵਰੀ ਮਹੀਨੇ ਵਿੱਚ ਕੁੱਲ 5 ਛੁੱਟੀਆਂ ਹਨ। 10 ਫਰਵਰੀ ਦੂਜਾ ਸ਼ਨੀਵਾਰ 11 ਫਰਵਰੀ ਐਤਵਾਰ 18 ਫਰਵਰੀ ਐਤਵਾਰ 24 ਫਰਵਰੀ ਸ੍ਰੀ ਗੁਰੂ ਰਵਿਦਾਸ ਜੰਤੀ 25 ਫਰਵਰੀ ਨੂੰ ਐਤਵਾਰ ਹੈ ਅਗਲੀ ਖਬਰ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਦੇ ਆ ਖਬਰ ਦੇ ਬਾਅਦ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਘੋਸ਼ਖ ਰੀ ਹੈ ਦਰਅਸਲ ਪੀਆਰਟੀ ਸੁੰਝਾਰੂ ਡੇ ਤੇ ਬੱਸ ਕੰਟਰੈਕਟ ਵਰਕ ਯੂਨੀਅਨ ਪੰਜਾਬ ਦੇ ਆਗੂਆਂ ਤੇ ਪੰਜਾਬ ਸਰਕਾਰ ਦੇ ਉੱਚ ਪੱਧਰੀ ਨੁਮਾਇੰਦਿਆਂ ਨਾਲ ਮੀਟਿੰਗ ਬੀਤੇ ਦਿਨ ਚੰਡੀਗੜ੍ਹ ਵਿਖੇ ਕੀਤੀ ਗਈ ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਯੂਨੀਅਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਇਸ ਤੋਂ ਬਾਅਦ ਯੂਨੀਅਨ ਨੇ ਇੱਕ ਦਿਨ ਪਹਿਲਾਂ ਤਿੰਨ ਦਿਨ ਦੀ ਹੜਤਾਲ ਤੇ ਜਾਣ ਰੈਲੀਆਂ ਲਈ ਬੱਸਾਂ ਨਾਲ ਜਾਣ ਤੇ 52 ਤੋਂ ਵੱਧ ਸਵਾਰੀਆਂ ਨਾ ਚੁੱਕਣ ਦਾ ਫੈਸਲਾ ਵਾਪਸ ਲਿਆ ਯੂਨੀਅਨ ਦੇ ਬੁਲਾਰੇ ਅਨੁਸਾਰ ਮੀਟਿੰਗ ਇਸ ਵਿੱਚ ਰਾਜ ਮੰਤਰੀ ਜਿਹੜੇ ਟ੍ਰਾਂਸਪੋਰਟ ਮੰਤਰੀ ਹੈ ਲਾਲਜੀਤ ਭੁੱਲਰ ਸੀਨੀਅਰ ਅਧਿਕਾਰੀ ਤੇ ਯੂਨੀਅਨ ਦੇ ਸੂਬਾਈ ਪ੍ਰਧਾਨ ਰਿਸ਼ਮ ਸਿੰਘ ਗੱਲ ਤੇ ਅਹੁਦੇਦਾਰ ਹਾਜ਼ਰਸਾਨ ਅਗਲੀ ਖਬਰ ਬੋਰ ਦੇ ਵਿੱਚ ਡੀਸੀ ਦਫ਼ਤਰ ਅੱਗੇ ਕਿਸਾਨਾਂ ਨੇ ਸੁੱਟੇ ਕਿੰਨੂ ਕਿੰਨੂ ਦੀ ਸਹੀ ਕੀਮਤ ਨਾ ਮਿਲਣ ਤੋਂ ਨਾਰਾਜ਼ ਹੋਏ ਬੋਰ ਦੇ ਕਿਸਾਨਾਂ ਨੇ ਦੇਰ ਸ਼ਾਮ ਡੀਸੀ ਦਫ਼ਤਰ ਦੇ ਸਾਹਮਣੇ ਆਪਣੇ ਕਿੰਨੂ ਦੀ ਫਸਲ ਸੁੱਟ ਦਿੱਤੀ ਦੋਸਤੋ ਤੇ ਡਾਇਰੈਕਟਰ ਚਲਾ ਦਿੱਤੇ ਕਿਸਾਨ ਯੂਨੀਅਨਾਂ ਦਾ ਦੋਸ਼ ਹੈ ਕਿ ਪੰਜਾਬ ਐਗਰੋ ਕਿੰਨੂ ਦੀ ਖਰੀਦ ਲਈ ਮੁੱਖ ਸਰਬੰਡਾ ਦੇ ਫਾਇਲ ਕਾ ਜ਼ਿਲ੍ਹਿਆਂ ਦੇ ਪੰਜ ਮੁੱਖ ਪ੍ਰਮੁੱਖ ਕਿਸਾਨਾਂ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ ਨਿਰਭਰ ਹੈ ਕਿਸਾਨਾ ਗੋ ਨੇ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਪੰਜਾਬ ਐਗਰੋ ਕਾਰਪੋਰੇਸ਼ਨ ਵੱਲੋਂ 4230 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਗਈ ਜਿਸ ਵਿੱਚੋਂ ਤਕਰੀਬਨ 1100 ਮੀਟਰ ਕਿ ਟਨ ਸੁਖਬੀਰ ਦੀ ਮਾਲਕੀ ਵਾਲੇ 74 ਏਕੜ ਵਿੱਚ ਫੈਲੇ ਕਿਨੂ ਦੇ ਬਾਗ ਦੇ ਵਿੱਚੋਂ ਲਿਆ ਗਿਆ ਅਤੇ ਇਸ ਲਈ 12.40 ਰੁਪਏ ਪ੍ਰਤੀ ਕਿਲੋ ਦਾ ਭੁਗਤਾਨ ਕੀਤਾ ਗਿਆ ਪੰਜਾਬ ਦੀ ਕੁੱਲ 47000 ਹੈਕਟੇਅਰ ਜ਼ਮੀਨ ਵਿੱਚੋਂ 34000 ਹੈਕਟੇਅਰ ਰਕਬੇ ਵਿੱਚ ਕਿਨੂ ਦੀ ਖੇਤੀ ਕਰਨ ਵਾਲੇ ਅਬੋਰ ਦੇ ਕਿਸਾਨਾਂ ਨੇ ਪੰਜਾਬ ਦੇ ਗਰੂ ਦੇ ਖਰੀਦ ਤਰੀਕਿਆਂ ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਬਾਕੀ ਕਿਸਾਨਾਂ ਨੂੰ ਆਪਣ ਨੂੰ ਕਿੰਨੂ ਦੀ ਫਸਲ 5 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਣੀ ਪੈਂਦੀ ਹੈ ਅਗਲੀ ਖਬਰ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਪਗਵਾੜਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਪੰਜਾਬ ਪੁਲਿਸ ਵੱਲੋਂ ਅਯੁੱਧਿਆ ਤੋਂ ਗ੍ਰਿਫਤਾਰ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਕਈ ਸਾਲ ਤੋਂ ਪਗਵਾੜੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਨੇ ਅਯੁੱਧਿਆ ਤੋਂ ਗ੍ਰਿਫਤਾਰ ਕਰ ਲਿਆ ਮਿਲੀ ਜਾਣਕਾਰੀ ਅਨੁਸਾਰ ਉਸ ਦੀ ਗ੍ਰਿਫਤਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਡੀਜੀਪੀ ਐਸਪੀ ਐਸ ਪਰਮਾਰ ਦੀ ਗਵਾਈ ਵਾਲੀ ਟੀਮ ਦੇ ਵੱਲੋਂ ਕੀਤੀ ਗਈ ਹੈ ਸੋ ਇਹ ਸਾਡੇ ਨਾਲ ਜਿਹੜੀ ਮੁੱਖ ਖਬਰ ਹੈ ਵੀ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦੇ ਲਈ ਮਿਹਰਬਾਨੀ ਧੰਨਵਾਦ ਜੀ